संगरूर दे कावदा च बने मेरिटोरियस स्कूल दे विच बच्चे बीमार हो गए ने। जानकारी मुताबिक खराब खाना खान करके 40 बच्चे बीमार ने, जिन्हां संगरूर दे सरकारी हस्पताल दे विच भर्ती करवाया गया। स्कूल दे बाहर बच्चों दे मापे भी पहुंचे जो परेशान ने, पर स्कूल प्रशासन दे वल्लों स्कूल दे दोवें गेट बंद कर ले गए। संगरूर दे SDM अते विधायक नरेंद्र कौर पराज भी मौके ते स्कूल पहुंचे। स्कूल दे अंदर ही होस्टल बनिया होया जिथे बच्चे रहिंदे ने, ते इत्थे बड़ी मैस दे विच बनिया होया खाना बच्चे खांदे ने। पर हुण खबर मिली है कि 40 बच्चे बीमार ने क्योंकि उन्हां नूं खराब खाना दिता गया। हालांकि जांच पड़ताल चल रही है कि असल वजह की है। हॉस्पिटल च भर्ती होए ने, सानूं जिंदा ला रखा जी। आ देखो, ਤੁਹਾਨੂੰ ਜਾਣਕਾਰੀ ਕੀ ਮਿਲੀ ਹੈ ਬੱਚਿਆਂ ਦੀ? ਬੱਚਾ ਕਹਿੰਦਾ ਜੀ ਤੁਹਾਡੀ ਬੇਟੀ ਬਿਮਾਰ ਆ, ਖਾਣੇ ਕਰਕੇ ਪਰੇਸ਼ਾਨੀ ਉਹਨੂੰ ਬਹੁਤ ਹੋਵਾ, ਵੀ ਬੱਚੇ ਨੂੰ ਲੈ ਕੇ ਜਾਓ ਤੁਸੀਂ। ਸਾਡੀ ਕੁੜੀ ਜ਼ਿਆਦਾ ਤੰਗ ਹੋ ਰਹੀ ਹੈ। ਕਾਰਨ ਕੀ ਹੋਇਆ? ਪਤਾ ਨਹੀਂ ਜੀ। ਖਾਣਾ ਖਰਾਬ ਦੇ ਰਹੇ ਨੇ ਯਾਰ, ਖਾਣਾ ਖਰਾਬ ਕਰਨ ਨਾਲ ਬੱਚਿਆਂ ਨੂੰ ਢਿੱਲ ਹੋ ਰਹੀ, ਪ੍ਰੋਬਲਮ ਆ ਰਹੀ ਹੈ ਵਾਰ ਵਾਰ। ਹੁਣ ਸੁਣਵਾਈ ਹੈ ਨਹੀਂ ਇੱਥੇ ਆ ਕੇ, ਵਾਰ ਵਾਰ ਬੱਚੇ ਤੰਗ ਹੋ ਰਹੇ ਨੇ। ਫਿਸਟੂ ਕਲਾਸ ਦੇ ਸਟੂਡੈਂਟ ਨੇ ਮੈਟੋਰੀ ਸਕੂਲ 'ਚ ਪੜ੍ਹਦੇ ਆ, 2-3 ਦਿਨਾਂ ਤੋਂ ਨਾ, ਮਤਲਬ ਜਿੱਦਾਂ ਦੀਵਾਲੀ ਤੋਂ ਬਾਅਦ ਆਏ, ਖਾਣੇ 'ਚ ਬਹੁਤ ਦਿੱਕਤ ਆ ਰਹੀ ਹੈਗੀ, ਅਤੇ 2-3 ਦਿਨਾਂ ਤੋਂ ਬੱਚੇ ਖਾਣਾ ਵੀ ਨਹੀਂ ਖਾ ਰਹੇ, ਕੀੜੇ ਵਗੈਰਾ ਨਿਕਲ ਰਿਹਾ। ਕੱਲ੍ਹ ਜਾਂ ਸ਼ਾਇਦ ਦੁਪਹਿਰੇ ਟੀਚਰਸ ਨੇ ਵੀ ਖਾ ਕੇ ਦੇਖਿਆ, ਸਹੀ ਸੀ, ਬਟ ਜਦੋਂ ਖਾਇਆ ਬੱਚਿਆਂ ਨੇ ਉਹ 'ਚ ਵੀ ਕੀੜੇ ਨਿਕਲੇ। ਇਸ ਤੋਂ ਬਾਅਦ ਬੱਚਿਆਂ ਨੂੰ ਦਰਦ ਸ਼ੁਰੂ ਹੋ ਗਿਆ, ਰਾਤ ਨੂੰ ਬਹੁਤ ਬੱਚਿਆਂ ਦੇ ਕਿਸੇ ਲੂਜ਼ ਮੋਸ਼ਨ, ਕਿਸੇ ਨੂੰ ਵੋਮਿਟਿੰਗ, ਕਿਸੇ ਪੇਟ ਦਰਦ ਹੋ ਰਿਹਾ ਸੀ, ਫਿਰ ਬਹੁਤ ਬੱਚਿਆਂ ਨੂੰ ਹੁਣ ਰਾਤ ਲਿਆ ਸੀ, ਬਹੁਤ ਬੱਚਿਆਂ ਨੂੰ ਹੁਣ ਲੈ ਕੇ ਆਏ ਆ। ਬੱਚੇ ਸਟੇਬਲ ਸੀਗੇ, 14 ਬੱਚੇ ਅਸੀਂ ਰਾਤ ਡਿਸਚਾਰਜ ਕਰਤੇ, ਜਿਨ੍ਹਾਂ 'ਚ 4 ਬੱਚੇ ਜੀ ਸਾਡੇ ਕੋਲ ਮੈਡੀਕਲ ਵਾਰਡ 'ਚ ਹੈਗੇ, ਅਤੇ 35 ਬੱਚੇ ਸਾਡੇ ਕੋਲ ਹੋਰ ਆਏ ਆ, ਔਰ ਬੱਚੇ ਦੀ ਕੰਡੀਸ਼ਨ ਠੀਕ ਹੈ।